ਖਾਲਸਾ ਇੰਟਰਨੈਸ਼ਨਲ ਏਡ ਟੀਮ ਦੇ ਮੈਂਬਰ ਨੂਰਪੁਰ ਬੇਦੀ ਵਿਖੇ ਮਦਦ ਦੇਣ ਲਈ ਪਹੁੰਚੇ ਜਿੱਥੇ ਪਿਛਲੇ ਦਿਨੀ ਅੱਗ ਨੇ ਕੋਹਰਾਮ ਮਚਾਇਆ ਸੀ। ਖਾਲਸਾ ਏਡ ਨੇ ਬੇਸਹਾਰਾ ਹੋਏ ਲੋਕਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ। ਗੌਰਤਲਬ ਹੈ ਕਿ ਬੀਤੇ ਦਿਨੀ ਅੱਗ ਲੱਗਣ ਨਾਲ ਗਰੀਬਾਂ ਦੀਆਂ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਸਨ ਅਤੇ ਲੋਕ ਬੇਘਰ ਹੋ ਗਏ ਸਨ। ਖਾਲਸਾ ਏਡ ਵੱਲੋਂ ਅੱਜ ਇੱਥੇ ਨੂਰਪੁਰ ਬੇਦੀ ਵਿੱਚ ਰਿਲੀਫ ਏਡ ਦਿੱਤੀ ਜਾ ਰਹੀ ਹੈ, ਜਿੱਥੇ ਕਿ ਪਿਛਲੇ ਦਿਨਾਂ 'ਚ ਜਿਵੇਂ ਕਿ ਨਿਊਜ਼ 'ਚ ਸਾਰਿਆਂ ਨੇ ਸੁਣਿਆ ਹੋਣਾ, ਇੱਥੇ ਅੱਗ ਲੱਗਣ ਦੇ ਕਰਕੇ 150 ਪਰਿਵਾਰ ਜਿਹੜੇ ਨੇ ਬੇਘਰ ਹੋ ਗਏ ਸੀਗੇ। ਇਹਨਾਂ ਦੇ ਪਹਿਲੇ ਹੀ ਪ੍ਰਵਾਸੀ ਨੇ ਜਿਹੜੇ ਕਿ ਪੰਜਾਬ ਜਾ ਕੇ ਮਿਹਨਤੀ ਮਜ਼ਦੂਰੀ ਕਰ ਰਹੇ ਨੇ, ਬਿਹਾਰ ਤੋਂ ਕੋਈ ਯੂਪੀ ਤੋਂ ਆ ਕੇ ਆਪਣੀ ਮਜ਼ਦੂਰੀ ਕਰ ਰਹੇ ਨੇ, ਕੋਈ ਇਹਨਾਂ ਦੇ ਘਰ ਦੇ ਹੋਰ ਸਾਧਨ ਨਹੀਂ ਸੀ, ਇਹੀ ਝੁੱਗੀਆਂ 'ਚ ਰਹਿੰਦੇ ਸੀ ਸਾਰੇ ਬੱਚੇ ਆਪਣੇ ਸਾਰੇ ਘਰ ਦੇ ਨਾਲ। ਅਤੇ ਇੱਥੇ ਇਹਨਾਂ ਦੇ ਘਰ ਸੜਨ ਤੋਂ ਬਾਅਦ ਇਹਨਾਂ ਕੋਲ ਨਾ ਕੋਈ ਰਹਿਣ ਦੇ ਸਾਧਨ ਰਹੇ ਅਤੇ ਨਾ ਖਾਣ ਪਾਣ ਦੇ ਸਾਧਨ। ਅਤੇ ਖਾਲਸਾ ਏਡ ਵੱਲੋਂ 2 ਦਿਨ ਪਹਿਲਾਂ ਆ ਕੇ ਇੱਥੇ ਅਸੈਸਮੈਂਟ ਕੀਤੀ ਗਈ ਸੀ। ਅਸੈਸਮੈਂਟ ਦੇ ਵਿੱਚ ਜੋ ਪਾਇਆ ਗਿਆ ਸੀ ਕਿ ਇਹਨਾਂ ਨੇ ਜੋ ਰਿਕੁਆਇਰਮੈਂਟ ਦੇ ਸੀ, ਕਿਉਂਕਿ ਇਹਨਾਂ ਨੇ ਹੁਣ ਦੁਬਾਰਾ ਤੋਂ ਝੁੱਗੀਆਂ ਬਣਾਉਣੀ, ਉਹਨਾਂ ਦੀ ਜੋ ਰਿਕੁਆਇਰਮੈਂਟ ਨੇ ਮੰਜੇ, ਉਹਨਾਂ ਦੇ ਤਰਪਾਲਾਂ, ਜੋ ਕਿ ਉਹਨਾਂ ਨੂੰ ਟੈਂਪਰੇਰੀ ਸ਼ੈਲਟਰ ਦੀ ਲੋੜ ਹੈ, ਤਰਪਾਲਾਂ ਹੋ ਗਈਆਂ, ਰੈਬਰ ਹੋ ਗਿਆ। ਜਿਵੇਂ ਸਾਨੂੰ ਖਬਰ ਮਿਲੀ ਮੀਡੀਆ ਦੇ ਜ਼ਰੀਏ ਕਿ ਇੱਥੇ 250 ਝੁੱਗੀਆਂ ਦੇ ਵਿੱਚ ਅੱਗ ਲੱਗੀ ਆ, ਸੋ ਅਸੀਂ ਆਪਣਾ ਇਨਸਾਨੀਅਤ ਦੇ ਨਾਤੇ ਫਰਜ਼ ਸਮਝਦੇ ਹੋਏ ਇੱਥੇ ਪਹੁੰਚੇ ਅਤੇ ਦੇਖਿਆ ਕਿ ਹਾਲਾਤ ਐਡੇ ਕੁ ਗੰਭੀਰ ਸੀ ਕਿ ਕਈਆਂ ਦੀਆਂ ਬਾਹਾਂ ਸੜੀਆਂ ਹੋਈਆਂ, ਕਈ ਲੋਕ ਵਿੱਚ ਸੜੇ ਹੋਏ, ਸੋ ਸਾਰਾ ਉਹਨਾਂ ਦਾ ਘਰ ਦਾ ਸਮਾਨ ਸੜਿਆ ਹੋਇਆ। ਸੋ ਇਮੀਡੀਏਟ ਹੀ ਜਿਹੜੀ ਮੈਡੀਕਲ ਉਹਨਾਂ ਨੂੰ ਏਡ ਚਾਹੀਦੀ ਸੀ ਅਸੀਂ ਉਹ ਪਰਸੋਂ ਨੂੰ ਦਿੱਤੀ, ਅਤੇ ਕੱਲ੍ਹ ਦਾ ਦਿਨ ਅਸੀਂ ਸਾਰੀ ਅਸੈਸਮੈਂਟ ਕਰਕੇ ਲਿਸਟ ਸਾਰੀਆਂ ਬਣਾ ਕੇ ਅੱਜ ਇਹਨਾਂ ਪਰਿਵਾਰਾਂ ਤੱਕ ਪਹੁੰਚ ਕੀਤੀ ਹੈ। ਅਤੇ ਜੋ ਵੀ ਜ਼ਰੂਰਤਮੰਦ ਸਮਾਨ ਇਹਨਾਂ ਨੂੰ ਸਾਡੇ ਵੱਲੋਂ ਹੋ ਸਕਦਾ ਸੀਗਾ, ਇੱਕ ਇੱਕ ਵਾਟਰ ਕੈਂਪਰ, ਇੱਕ ਇੱਕ ਮੰਜਾ, ਬਾਲਟੀ, ਮੋਸਕੀਟੋ ਨੈੱਟ, ਟਾਰਪੋਲੀਨਸ ਛੱਤ ਢੱਕਣ ਨੂੰ, ਸੋ ਜੋ ਵੀ ਸਾਡੇ ਵੱਲੋਂ ਹੋ ਸਕਦਾ ਸੀ ਅੱਜ ਪੂਰੇ 250 ਪਰਿਵਾਰਾਂ ਦੇ ਲਈ ਸਮਾਨ ਲੈ ਕੇ ਆਏ ਹਾਂ। ਅਤੇ ਸਾਰੀ ਖਾਲਸਾ ਦੀ ਟੀਮ ਇੱਕ ਇੱਕ ਝੁੱਗੀਆਂ ਦੇ ਵਿੱਚ ਜਾ ਕੇ ਉਹ ਸਮਾਨ ਡਿਲੀਵਰ ਕਰ ਰਹੀ ਹੈ। ਸੋ ਮੈਂ ਸਾਰੀ ਸੰਗਤ ਦਾ ਮੀਡੀਆ ਦੇ ਜ਼ਰੀਏ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਖਾਲਸਾ ਏਡ ਨੂੰ ਸਪੋਰਟ ਕਰਦੇ ਹਾਂ ਅਤੇ ਅਸੀਂ ਗਰਾਊਂਡ ਜ਼ੀਰੋ 'ਤੇ ਜਾ ਕੇ ਉਹ ਲੋਕਾਂ ਦੇ ਨਾਲ ਸਪੋਰਟ ਦੇ ਵਿੱਚ ਖੜ੍ਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।